ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸਮਰਾਲਾ ਤੋਂ। ਸਮਰਾਲਾ 'ਚ ਕਰੋਨਾ ਨਾਲ ਇੱਕ ਅਧਿਆਪਕਾ ਦੀ ਮੌਤ ਹੋ ਗਈ ਹੈ, ਜੋ ਕਿ ਸਿਹਾਲਾ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਾਉਂਦੇ ਸਨ। ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਅਧਿਆਪਕਾ ਕਰੋਨਾ ਨਾਲ ਪੀੜਿਤ ਸਨ। ਇਹ ਇੱਕ ਹਫ਼ਤੇ ਤੋਂ DMC ਲੁਧਿਆਣਾ ਵਿਖੇ ਇਲਾਜ ਅਧੀਨ ਸਨ। ਆਖਿਰ ਇਸ ਬਿਮਾਰੀ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕੋਟਾਲਾ ਸਕੂਲ ਦੇ 3 ਅਧਿਆਪਕਾਂ ਦੀ ਰਿਪੋਰਟ ਵੀ ਕਰੋਨਾ ਪੋਜ਼ਿਟਿਵ ਪਾਈ ਗਈ ਹੈ। ਇਹ ਜਾਣਕਾਰੀ ਸਮਰਾਲਾ ਸਿਵਲ ਹਸਪੀਟਲ ਦੇ SMO ਡਾਕਟਰ ਤਰਕਜੋਤ ਨੇ ਦਿੱਤੀ ਹੈ। ਸਮਰਾਲਾ ਤੋਂ ਲਖਵਿੰਦਰ ਸਿੰਘ ਅਤਰੀ ਦੀ ਰਿਪੋਰਟ। ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ 1 ਸਾਲ ਤੋਂ ਪਿਛਲੇ ਕੋਰੋਨਾ ਬਿਮਾਰੀ ਨਾਲ ਜੂਝ ਰਹੇ ਹਾਂ, ਅਤੇ ਉਹਦੇ ਵਿੱਚ ਸਾਡਾ ਇੱਕ ਅਧਿਆਪਕ ਜਿਹੜਾ ਅੱਜ ਅਨਫੋਰਚੁਨੇਟਲੀ ਉਹਨਾਂ ਦੀ ਡੈਥ ਹੋ ਗਈ, ਅਤੇ ਅਸੀਂ ਉਹਨਾਂ ਦਾ ਅੱਜ ਕੋਵਿਡ ਪ੍ਰੋਟੋਕੋਲ ਦੇ ਨਾਲ ਸੰਸਕਾਰ ਕਰਾਂਗੇ। ਅਤੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਿਹੜੇ ਵੀ ਲੋਕ ਹਨ ਉਹ ਆਪਣੇ ਜਿਹੜੀ ਕੋਵਿਡ ਤੋਂ ਬਚਾਓ ਲਈ ਜਿਹੜੀ ਵੀ ਹਦਾਇਤਾਂ ਨੇ ਉਹਦਾ ਪਾਲਨ ਕਰਨ। ਕਿੱਥੇ ਐਡਮਿਟ ਸੀਗੇ? ਉਹ ਆਪਣੇ ਲੁਧਿਆਣੇ ਦਾਖਲ ਸੀਗੇ, ਦਿਆਨੰਦ ਹੋਸਪਿਟਲ। ਜਿਹੜਾ ਕੋਵਿਡ ਦਾ ਸਰਕਾਰ ਵੱਲੋਂ ਜਿਸ ਤਰ੍ਹਾਂ ਕਿ ਆਦੇਸ਼ ਜਾਰੀ ਹੋਇਆ ਵੀ 45 ਸਾਲ ਤੱਕ ਦੇ ਇਸਦੇ ਟੀਕੇ ਲਗਵਾਏ ਜਾਣ, ਤਾਂ ਉਹਦੇ ਵਿੱਚ ਕਿੰਨੇ ਕੁ ਤੁਸੀਂ ਇਹਦੀ ਤਿਆਰੀ ਕਰ ਚੁੱਕੇ ਹੋ? ਪਹਿਲਾਂ ਸਰਕਾਰ ਵੱਲੋਂ ਜਿਵੇਂ ਹੁਕਮ ਹੋਏ ਸਨ ਕਿ 60 ਸਾਲ ਤੋਂ ਉੱਪਰ ਲੋਕਾਂ ਦੇ ਕੋਵਿਡ ਤੋਂ ਵੈਕਸੀਨ ਲਾਉਣੀ ਹੈ, ਅਤੇ 45 ਸਾਲ ਤੋਂ ਉੱਪਰ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਕੋਈ ਕੋਮੋਰਬਿਡ ਕੰਡੀਸ਼ਨ ਹੈ। ਉਹ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਚੱਲ ਰਿਹਾ ਹੈ, ਅਤੇ ਹੁਣ 7 ਦਿਨ ਰਹਿੰਦੇ ਹਨ, ਅਤੇ ਇਹ 7 ਦਿਨ ਵਿੱਚ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਵੀ ਬੰਦੇ ਇਹਨਾਂ ਕੈਟਾਗਰੀ 'ਚ ਆਉਂਦੇ ਨੇ ਉਹ ਵੱਧ ਤੋਂ ਵੱਧ ਆਪਣਾ ਇਸ ਚੀਜ਼ ਦਾ ਲਾਭ ਉਠਾਉਣ। ਅਤੇ 1 ਅਪ੍ਰੈਲ ਤੋਂ ਜਿਹੜੀਆਂ ਸਰਕਾਰ ਤੋਂ ਹਦਾਇਤਾਂ ਪ੍ਰਾਪਤ ਹੋ ਰਹੀਆਂ ਹਨ ਉਹਦੇ ਵਿੱਚ 1 ਅਪ੍ਰੈਲ ਤੋਂ 45 ਸਾਲ ਤੋਂ ਉੱਪਰ ਸਾਰੇ ਵਰਗਾਂ ਨੂੰ ਇੰਜੈਕਸ਼ਨ ਲੱਗਣਗੇ, ਅਤੇ ਇਸ ਕਰਕੇ ਤਾਂ ਕਿ ਬਿਮਾਰੀ ਨੂੰ ਟਾਈਮ 'ਤੇ ਠੱਲ ਪਾਈ ਜਾ ਸਕੇ। ਕੀ ਨਾਮ? ਦਿਨੇਸ਼ ਕੁਮਾਰ ਜੀ। ਦਿਨੇਸ਼ ਕੁਮਾਰ ਜੀ, ਕਿਹੜੇ ਸਕੂਲ 'ਚ ਪੜ੍ਹਾਉਂਦੇ ਹੋ? ਸਰਕਾਰੀ ਹਾਈ ਸਕੂਲ ਸਿਹਾਲਾ। ਅੱਛਾ ਜੀ। ਸਰ, ਜਿਹੜੇ ਆਪਣੇ ਮੈਡਮ ਪੋਜ਼ਿਟਿਵ ਆਏ ਨੇ? ਹਾਂਜੀ ਸਰ। ਡੈਥ ਹੋ ਚੁੱਕੀ ਹੈ? ਹਾਂਜੀ ਸਰ। ਕਿਸ ਦਿਨ ਤੁਹਾਨੂੰ ਪਤਾ ਲੱਗਿਆ ਸਕੂਲ ਦੇ ਵਿੱਚ? ਸਰ, ਉਹ ਤਾਂ ਲਾਸਟ 10 ਮਾਰਚ ਤੋਂ ਬਾਅਦ ਸਕੂਲ ਨਹੀਂ ਆਏ ਨਹੀਂ ਹੈ, ਅਤੇ ਉਹਨਾਂ ਦੀ ਰਿਪੋਰਟ 16 ਮਾਰਚ ਨੂੰ ਪੋਜ਼ਿਟਿਵ ਆਈ ਸੀ, ਅਤੇ ਉਹ ਲੁਧਿਆਣੇ DMC 'ਚ ਐਡਮਿਟ ਸੀ। ਅਤੇ ਉਸ ਤੋਂ ਬਾਅਦ ਆਪਾਂ ਨੇ ਆਪਣੇ ਸਕੂਲ ਦੇ ਵੀ ਸਾਰੇ ਬੱਚਿਆਂ ਦੇ ਅਤੇ ਆਪਣੇ ਪੂਰੇ ਸਟਾਫ ਦੇ ਟੈਸਟ ਕਰਵਾਏ, ਜਿਹੜੇ ਕਿ ਸਾਰੇ ਨੈਗੇਟਿਵ ਆਏ। ਅਤੇ ਆਪਾਂ ਨੇ ਸਕੂਲ ਨੂੰ ਵੀ ਸੈਨੀਟਾਈਜ਼ ਕਰਵਾਇਆ ਤਾਂ ਪੰਚਾਇਤ ਨੂੰ ਬੋਲ ਕੇ, ਅਤੇ ਉਹਨਾਂ ਨੇ ਪੂਰਾ ਸਕੂਲ ਸੈਨੀਟਾਈਜ਼ ਕਰ ਦਿੱਤੇ ਜੀ। ਅਤੇ ਹੁਣ ਟੀਚਰ ਵਗੈਰਾ ਆਉਂਦੇ ਨੇ ਜਾਂ ਕੋਈ ਉਹਨਾਂ ਦੇ ਨਾਲ ਅਟੈਚ ਸੀ, ਉਹਨਾਂ ਦੇ ਟੀਚਰਾਂ ਦਾ ਟੈਸਟ ਵਗੈਰਾ? ਸਾਰੇ ਟੀਚਰਾਂ ਦੇ ਟੈਸਟ ਹੋ ਗਏ ਜੀ, ਜਿਹੜੇ ਆਪਣੇ ਇੱਥੇ ਪੜ੍ਹਾਉਂਦੇ ਉਸ ਦੇ ਨਾਲ ਦੇ ਅਤੇ ਆਪਣੇ ਪੂਰੇ ਸਕੂਲ ਦੇ ਜਿੰਨੇ ਬੱਚੇ ਤੇ ਸਭ ਦੇ ਟੈਸਟ ਹੋਏ। ਹੁਣ ਤਾਂ ਨਹੀਂ ਕੋਈ ਨਹੀਂ ਆਪਣੇ ਕੋਈ ਵੀ ਪੋਜ਼ਿਟਿਵ ਨਹੀਂ ਆਏ ਨਹੀਂ ਹੈ ਜੀ।